ਸੋ ਮਹਿਰਲਾ ਪੈਲਾ ਵਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਉ ਇਹਾ ਭਗਤ ਇਹ ਹੋ ਤਪਤਾਉ ਇਤ ਰੰਗਨਾਚੋ ਲੱਖ ਲਖ ਪਾਉ ਪੂਰੇ ਤਾਲ ਜਾਣੇ ਸਦਾ ਹੋਰ ਨਚਣਾ ਖੁਸ਼ੀਆਂ ਮਨ ਮਾ ਰਹਾਉ ਸਤ ਸੰਤੋਖ ਵਜੈ ਦੋਇ ਤਾਲ ਪੈਣੀ ਵਾਜਾ ਸਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਤ ਰੰਗ ਨਾ ਚੋ ਰਖ ਰਖ ਪਾਉ ਉਹ ਫੇਰੀ ਹੋਵੇ ਮਨ ਜੀਤ ਬੰਦੇ ਉੱਠਦੇ ਨੀਤਾ ਨੀਤ ਨੇ ਟਣਨ ਲਹਿਟ ਜਾਣੈ ਤੁਸਵਾ ਇਤ ਰੰਗ ਨਾਚੋ ਲੱਖ ਲਖ ਪਾਉ ਸਿੱਖ ਸਭਾ ਦੀਖਿਆ ਕਭਉ ਗੁਰਮੁਖ ਸੁਣਣਾ ਤਜਣਾ ਨਾਨਕ ਆਖਣ ਵੇਰਾ ਵੇਨ ਇਤ ਰੰਗ ਨੱਚੋ ਲਖ ਰਖ ਪੈਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਅੰਦਰ ਭਗਤੀ ਕਰਨ ਦੇ ਅਨੇਕਾਂ ਹੀ ਤਰੀਕੇ ਪ੍ਰਚਲਿਤ ਸਨ ਉਹਨਾਂ ਤਰੀਕਿਆਂ ਵਿੱਚ ਰਾਸ ਪਾਉਣ ਦਾ ਤਰੀਕਾ ਵੀ ਬੜਾ ਜ਼ੋਰਾਂਦ ਤੇ ਸੀ ਅੱਜ ਵੀ ਤੁਸੀਂ ਕਦੇ ਚਲੇ ਜਾਓ ਮਥੜਾ ਵਿੱਚ ਬਰਿੰਦਾਬਨ ਵਿੱਚ ਤੇ ਅੱਜ ਵੀ ਉੱਥੇ ਗਲੀ ਗਲੀ ਮੋਹੱਲੇ ਮੋਹੱਲੇ ਰਾਸਾਂ ਪੈਂਦੀਆਂ ਹਨ ਤੇ ਰਾਸ ਪਾਉਣ ਦੇ ਵਿੱਚ ਕੋਈ ਕ੍ਰਿਸ਼ਨ ਜੀ ਬਣਦਾ ਹੈ ਕੋਈ ਰਾਧਾ ਬਣਦੀ ਹੈ ਕੋਈ ਕੋਈ ਰੋਲ ਅਦਾ ਕਰਦਾ ਜਿਵੇਂ ਅਸੀਂ ਬਚਪਨ ਵਿੱਚ ਰਾਮ ਲੀਲਾ ਦੇਖਦੇ ਰਹੇ ਉਹਦੇ ਵਿੱਚ ਗਾਵਣ ਸੀਤਾ ਰਾਜੇ ਰਾਮ ਗਾਵਣ ਗੋਪੀਆਂ ਗਾਵਣ ਕਾਨ ਇਹ ਅਸੀਂ ਅੱਖਾਂ ਨਾਲ ਦੇਖੇ ਹਨ ਤੇ ਗੁਰੂ ਮਹਾਰਾਜ ਨੇ ਇਹਨਾਂ ਦਾ ਵਰਣਨ ਕੀਤਾ ਲੋਕ ਇਸ ਨੂੰ ਭਗਤੀ ਸਮਝ ਰਹੇ ਹਨ ਔਰ ਅੱਜ ਵੀ ਇਹ ਰਾਸਾਂ ਪੈਂਦੀਆਂ ਹਨ ਤੇ ਰਾਸ ਪਾਉਣ ਨੂੰ ਲੋਕ ਭਗਤੀ ਸਮਝਦੇ ਪਰ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਪਿਆਰਿਓ ਇਹ ਤਾਂ ਨੱਚਣ ਕੁੱਦਣ ਮਨ ਦਾ ਚਾਅ ਹੋ ਹੈ ਨਾਨਕ ਜਿਨ ਮਨ ਭਾਉ ਤਿਨ ਮਨ ਭਾਉ ਅਸਲ ਗੱਲ ਤੇ ਉਦੋਂ ਬਣਨੀ ਹੈ ਜਦੋਂ ਮਨ ਵਿੱਚ ਪਰਮਾਤਮਾ ਦਾ ਭਾਉ ਢਾਰੋਵੇਂ ਢਾਰੋਵੇਂਗਾ ਤੇ ਫਿਰ ਪਾਉ ਪ੍ਰੇਮ ਪੈਦਾ ਹੋਵੇ ਤੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਆਸਾ ਕੀ ਬਾਣੀ ਅਸੀਂ ਉਹਦੀ ਵਿਚਾਰ ਨਹੀਂ ਕਰਦੇ ਕੀਰਤਨ ਤੇ ਕਿਧਰੇ ਕਿਧਰੇ ਇਤਿਹਾਸਕ ਅਸਥਾਨਾਂ ਤੇ ਹੁੰਦਾ ਹੈ ਪਰ ਮੈਂ ਦੇਖਿਆ ਕਿ ਉਹਦੀ ਵਿਚਾਰ ਬਹੁਤ ਘੱਟ ਜੇ ਕਦੇ ਆਸਾ ਕੀ ਵਾਰ ਦੀ ਸੰਗਤੀ ਵਿਚਾਰ ਕਰ ਲਈ ਤੇ ਕੋਈ ਐਸਾ ਪੱਖ ਨਹੀਂ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਮਝਾਇਆ ਨਹੀਂ ਅਖਾ ਗਾਵਣ ਗੋਪੀਆਂ ਗਾਵਣ ਕਾਂ ਗਾਵਣ ਸੀਤਾ ਰਾਜੇ RAM అనేక ਤਰੀਕਿਆਂ ਨਾਲ ਭਗਤੀ ਕੀਤੀ ਜਾ ਰਹੀ ਪਰ ਆਓ ਗੁਰੂ ਨਾਨਕ ਪਾਤਸ਼ਾਹੇ ਸ਼ਬਦ ਵਿੱਚ ਫਰਮਾਉਂਦੇ ਪੂਰੇ ਦਾਲ ਜਾਣੇ ਹਸਾਲਾ ਜਿਸ ਬੰਦੇ ਨੂੰ ਪਰਮਾਤਮਾ ਦੀ ਸਿਫਤ ਸਲਾ ਕਰਨੀ ਆਗੀ ਉਹ ਆਪਣੇ ਜੀਵਨ ਨੂੰ ਐਸੇ ਤਰੀਕੇ ਨਾਲ ਜੀਉਂਦਾ ਹੈ ਪੂਰੇ ਤਾਲ ਬਾਹਮਣ ਠੀਕ ਢੰਗ ਨਾਲ ਆਪਣੀ ਡਿਊਟੀ ਆਪਣੇ ਧਰਮ ਆਪਣੇ ਫਰਜ਼ ਨੂੰ ਨਿਭਾਉਂਦਾ ਹੁਣ ਇਹ ਗੱਲ ਸਾਨੂੰ ਸਮਝਣ ਵਾਸਤੇ ਬੜੀ ਡੂੰਘਾਈ ਵੀ ਜਾਣਾ ਪਵੇ ਜਿਸ ਬੰਦੇ ਦੇ ਅੰਦਰ ਪਰਮਾਤਮਾ ਦਾ ਪਿਆਰ ਹੈ ਉਹ ਫਿਰ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ ਕਹਿੰਦੇ ਜੇ ਇਹ ਨਹੀਂ ਤੇ ਬਾਕੀ ਦਾ ਜਿਹੜਾ ਇਹ ਨਚਣਾ ਨਚਾਉਣਾ ਹੈ ਇਹ ਤਾਂ ਸਿਰਫ ਇੱਕ ਦਿਖਾਵਾ ਹੈ ਇਹ ਤਾਂ ਮਨ ਦਾ ਚਾਹੋ ਹੈ ਨਚਣ ਕੁਦਣ ਮਨ ਕਾ ਚਾਹੋ ਇਹ ਸ਼ਬਦ ਦੀ ਰਹਾਉ ਦੀ ਪੰਕਤੀ ਹੈ ਆਖਿਆ ਜਿਸ ਬੰਦੇ ਨੂੰ ਪਰਮਾਤਮਾ ਦੇ ਹੁਕਮ ਵਿਚ ਚਰਣਾ ਆ ਗਿਆ ਉਹ ਫਿਰ ਹਰ ਕਦਮ ਜਿਹੜਾ ਨਾ ਉਹ ਪੂਰੇ ਤਾਲ ਤੁਸੀਂ ਦੇਖਿਆ ਹੋਵੇ ਗੱਜੇ ਤੋਂ ਗਵਈਏ ਗਾਉਂਦੇ ਨੇ ਜਾਂ ਜਦੋਂ ਸਾਜ਼ ਵੱਜਦੇ ਨੇ ਉਹ ਬੜੀ ਇੱਕ ਤਰਤੀਬ ਵਿੱਚ ਵੱਜਦੇ ਤੇ ਜਿਹੜਾ ਬੇਤਾਲਾ ਹੋ ਜਾਏ ਉਹਨੂੰ ਵਧੀਆ ਗਵਈਆ ਨਹੀਂ ਸਮਝਿਆ ਜਾਂਦਾ ਇੱਕ ਆਮ ਮੁਹਾਵਰਾ ਵੀ ਹੈ ਕਿ ਤਾਲੋਂ ਕੁਥੀ ਢੋਮਣੀ ਗਾਵੇ ਆਲ ਪਤਾਲ ਜਿਹੜਾ ਤਾਲ ਤੋਂ ਖੁੰਝ ਜਾਂਦਾ ਉਹ ਫਿਰ ਬੇਤਾਲ ਹੋ ਜਾਂਦਾ ਤੋ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਜਿਸ ਬੰਦੇ ਨੇ ਪਰਮਾਤਮਾ ਦੀ ਹਸਤੀ ਨੂੰ ਸਮਝ ਲਿਆ ਜਿਹੜਾ ਬੰਦਾ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਲੱਗ ਪਿਆ ਉਹਦਾ ਫਿਰ ਜੀਵਨ ਮਰਿਆਦਾ ਵਿੱਚ ਆ ਜਾਂਦਾ ਉਹ ਕੋਈ ਵੀ ਕਦਮ ਐਸਾ ਨਹੀਂ ਚੜਦਾ ਜਿਹੜਾ ਬੇਮਰਿਆਦਗੀ ਵਾਲਾ ਹੋ ਤੇ ਜੇ ਐਸਾ ਨਹੀਂ ਸਿਰਫ ਨੱਚਣ ਕੁੱਦਣ ਦੀ ਗੱਲ ਹੈ ਇਹ ਤਾਂ ਮੰਦਾ ਇੱਕ ਉਮਾ ਹੈ ਚਾਹ ਕਿਸੇ ਨਾ ਚਲੇ ਇਹਦੇ ਵਿੱਚ ਕੋਈ ਭਗਤੀ ਭੁਗਤੀ ਵਾਲੀ ਗੱਲ ਨਹੀਂ ਹੈ ਮੈਂ ਦੇਖਿਆ ਕਈ ਵਾਰੀ ਕਈ ਲੋਕ ਸਮਾਗਮਾਂ ਵਿੱਚ ਨੱਚਦੇ ਆਂ ਬੀਬੀਆਂ ਨੱਚਦੀਆਂ ਨੇ ਬੰਦੇ ਨੱਚਦੇ ਨੇ ਤਾਲੀਆਂ ਵਜਾਉਂਦੇ ਨੇ ਪਰ ਮੇਲੇ ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਮਰਿਆਦਾ ਵਿੱਚ ਰਹਿਣਾ ਤੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਇਹੀ ਹੋਈ ਉਸਨ ਦਾ ਕੰਮ ਫਿਰ ਉਹਨੂੰ ਚੰਗੀ ਤਰ੍ਹਾਂ ਸਮਝਾਉਂਦੇ ਵਾਜਾ ਮਤ ਪਖਾਵਜ ਭਾਉ ਹੁਣ ਇੱਕ ਅੱਖਰ ਨੂੰ ਸਮਝਣ ਦੀ ਲੋੜ ਹੈ ਜਿਹੜਾ ਮਤ ਅੱਖਰ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਰੂਪਾਂ ਵਿੱਚ ਆਉਂਦਾ ਹੈ ਇੱਕ ਮਤ ਤੇਨੂੰ ਸਿਆਰੀ ਵਾਲਾ ਇੱਕ ਮਤ ਤੇਨੂੰ ਔਂਕੜ ਵਾਲਾ ਇੱਕ ਮਤ ਤ ਤਾਂ ਮੁਕਤਾ ਵੀ ਉਚਾਰਨ ਜਿਨ੍ਹਾਂ ਦਾ ਮਤ ਹੋਵੇ ਨਾ ਪਰ ਜਿਹੜਾ ਮਤ ਤੇਨੂੰ ਸਹੀ ਵਾਲਾ ਉਹਦਾ ਅਰਥ ਹੈ ਬੁੱਧੀ ਜਿਹੜਾ ਮਤ ਤੇਨੂੰ ਔਂਗੜ ਵਾਲਾ ਮਤਾਂ ਇਹ ਕੰਮ ਕਰੇ ਵਰਨਿੰਗ ਔਰ ਜਿੱਥੇ ਮਤ ਦਾ ਤਤਾ ਮੁਕਤਾ ਹੋਵੇ ਉਹ ਮਤ ਮਤਾਂਤਰਾ ਦੀ ਗੱਲ ਹੈ ਮਹਾਰਾਜ ਕਹਿੰਦੇ ਨੇ ਪਿਆਰਿਓ ਆਪਣੀ ਮਤ ਨੂੰ ਸ੍ਰੇਸ਼ਟ ਬਣਾਓ ਚੰਗਾ ਸੋਚਣ ਵਾਲੀ ਬਣਾਓ ਇਹ ਹੈ ਅਸਲ ਵਾਜਾ ਪਖਾਵਜ ਪਾਓ ਪਖਾਵਜ ਕਹਿੰਦੇ ਨੇ ਤਬਲਾ ਵਜਾਉਣ ਵਾਲੇ ਨੂੰ ਜੋੜੀ ਵਜਾਉਣ ਵਾਲੇ ਪਖਾਵਜ ਦਾ ਮਤਲਬ ਹੈ ਜੋੜੀ ਤਬਲਾ ਤੇ ਪਖਾਵਜ ਜੀ ਦਾ ਮਤਲਬ ਹੈ ਵਜਾਉਣ ਵਾਲਾ ਵਾਜਾ ਮਤ ਪਖਾਵਜ ਪਾਓ ਆਪਣੀ ਮਤ ਨੂੰ ਸ੍ਰੇਸ਼ਟ ਬਣਾਓ ਕਿਉਂਕਿ ਵਾਜਾ ਜੇ ਹੋ ਜਾ ਹੋਵੇਗਾ ਆਵਾਜ਼ ਤਾਂ ਹੋ ਜੀ ਨਿਕਲੇਗੀ ਤੇ ਜਿਹੋ ਜੀ ਮਤ ਹੋਵੇਗੀ ਉਹੋ ਜਿਆ ਸਾਡਾ ਕਰਮ ਹੋਵੇਗਾ। ਤੋਂ ਆਪਣੀ ਆਪਣੀ ਮਤ ਨੂੰ ਸ੍ਰੇਸ਼ਟ ਵਾਜਾ ਬਣਾਓ। ਪਖਾਵਜ ਭਾਓ। ਫਿਰ ਜੋ ਕੁਝ ਚੰਗਾ ਸੀ ਬੋਲਦੇ ਆ ਉਹਦੇ ਨਾਲ ਪ੍ਰੇਮ ਕਰੋ। ਬਾਬੇ ਦਾ ਤੇ ਇਹ ਹੀ ਸਿਧਾਂਤ ਹੈ। ਗਾਵੀਏ ਸੁਣੀਏ ਮੰਨ ਰੱਖੀਏ ਪਾਉ ਗਾਉਣਾ ਕਰੋ ਸੁਣਨਾ ਕਰੋ ਪਰ ਉਹਦੇ ਨਾਲ ਪ੍ਰੇਮ ਵੀ ਕਰੋ ਤੇ ਜਦੋਂ ਇਹ ਤਿੰਨੇ ਕੰਮ ਠੀਕ ਹੋ ਜਾਣ ਫਿਰ ਜਿਹੜੇ ਦੁੱਖ ਨੇ ਉਹ ਦੂਰ ਹੋ ਜਾਂਦੇ ਦੁੱਖ ਪਰ ਹਰ ਸੁਕਾ ਲਿਜੋ ਤੋ ਬਾਜਾ ਮਤ ਪਖਾਵਜ ਪਾਓ ਹੁਣ ਇੱਕ ਅੱਖਰ ਨੂੰ ਸਮਝਣਾ ਪਵੇ ਆਪਣੀ ਸਿਰੇਸ਼ਟ ਮਤ ਨੂੰ ਵਧੀਆ ਵਾਜਾ ਬਣਾਓ ਅਤੇ ਪਰਮਾਤਮਾ ਨਾਲ ਪ੍ਰੇਮ ਕਰਨ ਨੂੰ ਪਖਾਵਜ ਤਬਲਾ ਬਜਾਓ ਹੋਏ ਆਨੰਦ ਸਦਾ ਮਨ ਚਾਹੋ ਫਿਰ ਤੁਹਾਡੇ ਮਨ ਵਿੱਚ ਉਹ ਸੱਚਾ ਆਨੰਦ ਪੈਦਾ ਹੋਵੇ ਸਦਾ ਮਨ ਚਾਹੋ ਹਮੇਸ਼ਾ ਆਪਣੇ ਮਨ ਵਿੱਚ ਚਾਹੋ ਖਮਾ ਕਰਨਾ ਅਸੀਂ ਨਿਤਨੇਮ ਕਰਦੇ ਹਾਂ ਸਿਮਰਨ ਕਰਦੇ ਹਾਂ ਪਰ ਕਈ ਵਿਚਾਰੇ ਤੇ ਉੱਠੇ ਰਹਿੰਦੇ ਨੇ ਕਿਉਂ ਜੇ ਇਹਦਾ ਕੋਈ ਫਾਇਦਾ ਹੋਵੇਗਾ ਅਰੇ ਕਰੋ ਤਾਂ ਸਹੀ ਤਰੋ ਤਾਂ ਸਹੀ ਜੇ ਤਰੋਗੇ ਤੇ ਕਿਸੇ ਮੰਜ਼ਿਲ ਤੇ ਪਹੁੰਚੋਗੇ ਤਾਂ ਬਾਬਾ ਜੀ ਕਹਿੰਦੇ ਨੇ ਜੇ ਤੁਸੀਂ ਇਸ ਤਰ੍ਹਾਂ ਦਾ ਨਾਚ ਕਰਨਾ ਹੈ ਤਾਂ ਆਜ ਆਜ ਸਿੱਖੋ ਆਪਣੀ ਸ੍ਰੇਸ਼ਟ ਬੁੱਧ ਦਾ ਵਾਜਾ ਬਣਾਓ ਔਰ ਜੋ ਕੁਝ ਤੁਸੀਂ ਕਰਨਾ ਹੈ ਉਹ ਪਰਮਾਤਮਾ ਦੇ ਪਿਆਰ ਵਿੱਚ ਕਰੋ ਇਹਨੂੰ ਤਬਲਾ ਬਣਾਓ ਵਾਜਾ ਮਤ ਪਖਾਵਜ ਪਾਓ ਫਿਰ ਕੀ ਹੋਵੇਗਾ ਹੋਏ ਆਨੰਦ ਸਦਾ ਮਨ ਜਾਓ ਕੀਰਤਨ ਤੇ ਬਹੁਤ ਲੋਕ ਕਰਦੇ ਖਿਮਾ ਕਰਨਾ ਪਰ ਵਰਨੇ ਕੀਰਤਨੀਆਂ ਨੇ ਜਿਹੜੇ ਵਿੱਚ ਕੇ ਕੀਰਤਨ ਕਰਦੇ ਨੇ ਜਿਹੜੇ ਆਪ ਵਿੱਚ ਕੇ ਕੀਰਤਨ ਕਰਦੇ ਨੇ ਉਹਨਾਂ ਨੂੰ ਆਨੰਦ ਆਉਂਦਾ ਤੇ ਜਿਹੜੇ ਉਹਨਾਂ ਕੋਲੋਂ ਕੀਰਤਨ ਸੁਣਦੇ ਨੇ ਉਹਨਾਂ ਨੂੰ ਵੀ ਆਨੰਦ ਦੀ ਪ੍ਰਾਪਤੀ ਹੁੰਦੀ ਐ ਇਸੇ ਲਈ પાਛਨ ਕੇ ਠਾਕੁਰ ਗਾਈ ਹੈ ਆਤਮ ਰੰਗ ਭਈ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ ਤਾਂ ਆਪਣੇ ਆਪ ਨੂੰ ਰੰਗ ਕੇ ਕਰੋ ਫਿਰ ਬੜੇ ਧਿਆਨ ਨਾਲ ਸਮਝੋ ਵਾਜਾ ਮਤ ਪਖਾ ਵਜ ਪਾਹੋ ਹੋਏ ਆਨੰਦ ਸਦਾ ਮਨ ਜਾਓ ਇਹਾ ਭਗਤ ਇਹੋ ਤਪਤਾਓ ਹੁਣ ਦੇਖੋ ਭਗਤ ਦੇ ਤਤੈ ਨੂੰ ਸਿਹਾਰੀ ਹੈ ਉਹਦੇ ਨਾਲ ਇਹ ਸ਼ਬਦ ਇਹਾ ਵਰਤੇ ਕਿਉਂਕਿ ਭਗਤੀ ਇਸਤਰੀ ਲਿੰਗ ਹੈ ਗੁਰੂ ਨਾਨਕ ਪਾਤਸ਼ਾਹ ਕਰਨੇ ਇਹੀ ਅਸਲ ਭਗਤੀ ਹੈ ਤੇ ਇਹੋ ਹੀ ਤਪ ਤਾਉਣਾ ਹੈ ਸਰੀਰ ਨੂੰ ਕਸ਼ਟ ਦੇਣਾ ਅਸੀਂ ਨੱਚਦੇ ਟੱਪਦੇ ਤਾਂ ਬਹੁਤ ਹਾਂ ਪਰ ਗੁਰਬਾਣੀ ਦਾ ਸਿਧਾਂਤ ਹੈ ਨੱਚੇ ਟੱਪਿਆ ਭਗਤ ਨਾ ਹੋਏ ਸਿਰਫ ਨਚਣ ਟੱਪਣ ਨਾਲ ਭਗਤੀ ਨਹੀਂ ਹੁੰਦੀ ਜੇ ਭਗਤੀ ਕਰਨੀ ਹੈ ਤੇ ਇਸ ਤਰ੍ਹਾਂ ਦੇ ਕਰੀ ਵਾਜਾ ਮਤ ਖਾਭ ਜਿ ਭਾਉ ਹੋਏ ਆਨੰਦ ਸਦਾ ਮਨ ਚਾਹੋ ਇਹਾ ਭਗਤ ਇਹੋ ਤਪਤਾਉ ਇਹ ਹੈ ਅਸਲ ਭਗਤੀ ਇਹ ਹੈ ਅਸਲ ਤਪ ਤਾਉ ਜੇ ਇਸ ਤਰੀਕੇ ਨਾਲ ਆਪਣੇ ਜੀਵਨ ਨੂੰ ਸਵਾਰ ਲਈ ਪਰ ਅਸੀਂ ਤੇ ਹੋਰ ਤਰ੍ਹਾਂ ਦੇ ਬਾਜਿਆਂ ਤੇ ਹੋਰ ਤਰ੍ਹਾਂ ਦੀਆਂ ਚੀਜ਼ਾਂ 'ਚ ਫਸੇ ਫਿਰ ਪਾਤਸ਼ਕ ਨੇ ਇਹ ਤਰੰਗ ਨਾਚੋ ਲਖ ਲਖ ਪਾਉ ਹੁਣ ਇਸ ਰੰਗ ਦੇ ਗੱਗੇ ਨੂੰ ਸਿਆਰੀ ਐ ਇਸ ਰੰਗ ਵਿੱਚ ਰੰਗੀਚ ਕੇ ਨੱਚਣਾ ਕਰੋ ਚੱਲਣਾ ਕਰੋ ਲਖ ਲਖ ਪਾਉ ਇੱਕ ਇੱਕ ਕਦਮ ਜਿਹੜਾ ਹੈ ਬੜਾ ਸੋਚ ਕੇ ਤਰ ਕਿਉਂਕਿ ਜਦੋਂ ਕੋਈ ਨੱਚਦਾ ਵੀ ਹੈ ਅਸੀਂ ਤੇ ਬਹੁਤਾ ਡਾਂਸ ਨਚਣ ਦੇ ਵਿੱਚ ਰੁਚੀ ਨਹੀਂ ਰਖਦੇ ਪਰ ਜਿਹੜੇ ਨੱਚਦੇ ਨੇ ਜੇ ਇੱਕ ਕਦਮ ਵੀ ਇੱਕ ਸਟੈਪ ਵੀ ਗਲਤ ਹੋ ਜਾਏ ਉਹ ਕਹਿੰਦੇ ਨਹੀਂ ਉਹ ਨੱਚਣਾ ਨਹੀਂ ਆਉਂਦਾ ਇਹ ਤਾਲ ਤੋਂ ਬੇਤਾਲ ਹੋ ਗਏ ਤਾਂ ਭਾਬੇ ਨੇ ਜੀਵਨ ਨੂੰ ਸਫਲ ਕਰਨ ਲਈ ਇਹੋ ਜਿਹੇ ਨਚਣ ਦੀ ਗੱਲ ਸਿਖਾਈ ਫਿਰ ਧਿਆਨ ਨਾਲ ਸੁਣ ਖਾਵਾ ਵਾਜਾ ਮਤ ਕਿਉਂਕਿ ਜਿਹੜੀ ਮਦ ਹੈ ਉਦੇ ਵਿੱਚੋਂ ਆਵਾਜ਼ ਨਿਕਲਦੀ ਹੈ ਵਾਜੇ ਵਿੱਚੋਂ ਆਵਾਜ਼ ਨਿਕਲਦੀ ਹੈ ਤੇ ਜਿਹੜੀ ਸ੍ਰੇਸ਼ਟ ਮਤ ਹੈ ਉਹਦੇ ਅੰਦਰੋਂ ਕਦੇ ਮਾੜੇ ਬੋਲ ਨਹੀਂ ਨਿਕਲਦੇ ਵਾਜਾ ਮਤ ਪਖਾਵਜ ਪਾਉ ਤੇ ਜਿਹੜਾ ਪ੍ਰੇਮ ਨਾਲ ਬੋਲ ਬੋਲਿਆ ਜਾਂਦਾ ਹੈ ਗੱਲ ਤੇ ਉਹ ਹੀ ਹੁੰਦੀ ਹੈ ਕਿਸੇ ਨੂੰ ਜੀ ਕਹੋ ਕਿਸੇ ਨੂੰ ਮਹਰ ਕਹੋ ਕਿਸੇ ਨੂੰ ਪਿਤਾ ਜੀ ਕਹੋ ਕਿਸੇ ਨੂੰ ਮਾਦਾ ਖਸਮ ਕਹੋ ਫਰਕ ਤੇ ਨਹੀਂ ਪਰ ਬੋਲਣ ਬੋਲਣ ਵਿੱਚ ਬੜਾ ਫਰਕ ਆ ਵਾਜਾ ਮਤ ਪਖਾ ਮਜ ਪਾਹ ਹੋਏ ਆਨੰਦ ਸਦਾ ਮਨ ਚਾਹੋ ਇਹਾ ਭਗਤ ਇਹੋ ਤਪਤਾਓ ਇਤ ਰੰਗ ਨੱਚੋ ਰਖ ਰਖ ਪਾਉ ਫਿਰ ਬਾਬੇ ਨੇ ਆਖਿਆ ਜਿਸ ਨੂੰ ਇਹੋ ਜੀ ਭਗਤੀ ਕਰਨ ਦੀ ਜਾਚ ਆ ਜਾਂਦੀ ਹੈ ਜਿਹੜਾ ਆਪਣੀ ਮਤ ਦਾ ਵਾਜਾ ਬਣਾਉਂਦਾ ਹੈ ਜਿਹੜਾ ਭਾਉ ਨੂੰ ਤਬਲਾ ਬਣਾਉਂਦਾ ਹੈ ਤੇ ਜਿਹੜਾ ਉਸ ਪਰਮਾਤਮਾ ਦੀ ਭੈ ਭਗਤੀ ਵਿੱਚ ਆਉਂਦਾ ਹੈ ਪੂਰੇ ਤਾਲ ਗਿਆਨ ਸਾਧਾ ਉਹ ਫਿਰ ਜ਼ਿੰਦਗੀ ਦਾ ਇੱਕ ਇੱਕ ਤਾਲ ਸਹੀ ਦਰ ਨਾਲ ਪੂਰਦਾ ਹੈ ਪਾਪ ਪਰਮਾਤਮਾ ਦੇ ਭੈ ਵਿੱਚ ਚੱਲਣਾ। ਔਰ ਹਰ ਕਦਮ ਕਦਮ ਤੇ ਪਰਮਾਤਮਾ ਦੀ ਸਿਫਤ ਸਲਾਹ ਕਰਨਾ। ਹੋਰ ਨੱਚਣਾ ਖੁਸ਼ੀਆਂ ਮਨ ਮਾਂ। ਆਖਿਆ ਇਸ ਤਰੀਕੇ ਤੋਂ ਬਿਨਾ ਜਿਹੜਾ ਲੋਕ ਨੱਚਦੇ ਨੇ ਉਹ ਤਾਂ ਇੱਕ ਬਾਹਰਲਾ ਖੁਸ਼ੀਆਂ ਲੈਣ ਦਾ ਦਿਖਾਵਾ ਹੈ। ਰਹਾ ਹੋ ਸਤ ਸੰਤੋਖ ਵਜੈੰਦੋ ਈ ਤਾਲ। ਉਜੋ ਹੋਰ ਸਾਜ਼ਮੀ ਬਜਾਏ ਜਾਂਦੇ ਨੇ ਜਿਵੇਂ 6 ਨੇ ਬਜਾਏ ਜਾਂਦੇ ਨੇ ਚਿਮਟਾ ਬਜਾਇਆ ਜਾਂਦਾ ਆਖਾ ਸਤ ਸੰਤੋਖ ਇਹ ਜਿਵੇਂ ਗੁਰਬਾਣੀ ਵਿੱਚ ਆਇਆ ਇਕੱਠਾਈ ਆਏ ਸਤ ਦਾ ਮਤਲਬ ਹੈ ਦਾਨ ਕਰ ਲੋੜਵੰਦਾਂ ਦੀ ਸੇਵਾ ਕਰਨ ਪਰ ਇਹ ਕਾਰਜ ਕੌਣ ਕਰ ਸਕਦਾ ਜਿਹਦੇ ਅੰਦਰ ਸੰਤੋਖ ਸੰਤੋਖ ਤੋਂ ਬਿਨਾ ਅਸੀਂ ਨਾ ਦਸਵੰਦ ਕੱਢ ਸਕਦੇ। ਕਈ ਬੰਦੇ ਦੇਖਿਆ ਪ੍ਰੇਰਨਾ ਕਰੀ ਦੀਏ ਭਾਈ ਦਸਵੰਦ ਕੱਢਿਆ ਕਰੋ। ਦਸਵੰਦ ਕੱਢਣ ਦੇ ਨਾਲ ਬਰਕਤ ਪੈਂਦੀ ਹੈ। ਗੁਰੂ ਮਹਾਰਾਜ ਨੇ ਦਸਵੰਦ ਦੀ ਪ੍ਰਥਾ ਜੋ ਚਲਾਈ ਹੈ ਉਹਦੇ ਪਿੱਛੇ ਬਹੁਤ ਵੱਡਾ ਰਾਜ਼ ਹੈ। ਅੱਜ ਦੁਨੀਆ ਵਿੱਚ ਮਹਾਮਾਰੀ ਨੇ ਤਰਥਲੀ ਮਚਾ ਦਿੱਤੀ। ਪਰ ਗੁਰੂ ਕੇ ਸਿੱਖ ਆਪਣੀ ਦਸਾਂ ਨੋਆਂ ਦੀ ਕਿਰਤ ਵਿੱਚੋਂ ਕੱਢੇ ਹੋਏ ਤੇ ਸੰਬੰਧ ਵਿੱਚੋਂ ਜਗਾ ਜਗਾ ਤੇ ਲੰਗਰ ਲਾ ਰਹੇ ਉਹਨਾਂ ਦੇ ਵੀ ਪਰਿਵਾਰ ਹਨ ਉਹਨਾਂ ਦੀਆਂ ਵੀ ਲੋੜਾਂ ਤੇ ਖਰਚੇ ਹਨ ਪਰ ਨਹੀਂ ਉਹ ਕਹਿੰਦੇ ਸਾਨੂੰ ਗੁਰੂ ਨੇ ਇਹ ਸਿਖਾਇਆ ਮੈਂ ਇੱਕ ਵਾਰ ਕਸ਼ਮੀਰ ਗਿਆ ਸਾਬਨ ਮੀਰ ਸਿੰਘ ਮਿਲੇ ਕਈ ਗੱਲਾਂ ਤੋਂ ਬੰਦਾ ਕਈ ਵਾਰੀ ਘਬਰਾ ਜਾਂਦਾ ਕਿਉਂਕਿ ਸਾਡੇ ਆਲੇ ਦੁਆਲੇ ਵਿੱਚ ਜੋ ਕੁਝ ਵਰਤਦਾ ਹੈ ਉਹਦਾ ਵੀ ਪ੍ਰਭਾਵ ਹੈ। ਕਹਿਣ ਲੱਗੇ ਬਾਬਾ ਜੀ ਇਹ ਦੱਸੋ ਕਿ ਸਿਖਾਂ ਨੂੰ ਚੰਗੇ ਕੰਮ ਨਹੀਂ ਕਰਨੇ ਚਾਹੀਦੇ? ਮੈਂ ਕਿਹਾ ਕਿਉਂ ਨਹੀਂ ਕਰਨੇ ਚਾਹੀਦੇ? ਇਹੋ ਤੇ ਸਾਡੀ ਵਿਸ਼ੇਸ਼ਤਾ ਹੈ। ਇਹੋ ਤੇ ਸਾਡੇ ਗੁਰੂ ਨੇ ਨਿਰਾਲਾ ਪੰਦ ਦਿੱਤਾ। ਜੇ ਭਾਈ ਕਨਈਆ ਜੀ ਨੇ ਵਰਦੀਆਂ ਗੋਲੀਆਂ ਤੇ ਚਲਦੇ ਤੀਰਾਂ ਵਿੱਚ ਉਹਨਾਂ ਜ਼ਖਮੀਆਂ ਨੂੰ ਪਾਣੀ ਪਲਾਇਆ ਤੇ ਵਿਤਕਰਾ ਨਹੀਂ ਕੀਤਾ ਤੇ ਅੱਜ ਤੱਕ ਦੁਨੀਆ ਯਾਦ ਕਰਦੀ ਮੈਂ ਕਿਹਾ ਸੀ ਕਦੇ ਵੀ ਆਪਣੇ ਚੰਗੇ ਗੁਣਾਂ ਨੂੰ ਤਿਆਗਣਾ ਨਹੀਂ ਦੇਖੋ ਗੁਰੂ ਨਾਨਕ ਪਾਤਸ਼ਾਹ ਕੀ ਕਹਿ ਰਹੇ ਜੇ ਤੁਸੀਂ ਜੀਵਨ ਦੇ ਨਾਚ ਵਿੱਚ ਕਾਮਯਾਬ ਹੋਣਾ ਹੈ ਸਤ ਸੰਤੋਖ ਵਜੈ ਦੋਏ ਤਾਲ ਇਹ ਦੋ ਛੈਣੇ ਵਜਾਓ ਸਤ ਤੇ ਸੰਤੋਖ ਦਾ ਪੱਲਾ ਕਦੇ ਨਾ ਛੱਡੋ ਪਹਿਲੀ ਵਜਾ ਸਦਾ ਨਿਹਾਲ ਜਿਹੜੇ ਆਪਣੇ ਪੈਰ ਨੇ ਉਹਨਾਂ ਨੂੰ ਬੜਾ ਸੋਚ ਸਮਝ ਕੇ ਚੱਲੋ ਗਲਤ ਪਾਸੇ ਨਾ ਚਾਓ ਫਿਰ ਸਦਾ ਨਿਹਾਲ ਰਹੋ ਤੁਹਾਨੂੰ ਕਦੇ ਚਿੰਤਾ ਕਰਨ ਦੀ ਲੋੜ ਹੀ ਨਹੀਂ ਪੈਗੀ ਰਾਗ ਨਾਦ ਨਹੀਂ ਦੂਜਾ ਭਾਉ ਜਿਹੜੇ ਰਾਗ ਤੇ ਉਹਨਾਂ ਦੀ ਧੁਨ ਹੈ ਆਪਣੇ ਅੰਦਰ ਦੂਜਾ ਭਾਉ ਨਾ ਪੈਦਾ ਹੋਜੂ। ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਜਾਓ। ਗੁਰੂ ਨਾਨਕ ਪਾਤਸ਼ਾਹ ਨੇ ਤੇ ਇਹ ਹੀ ਸਮਝਾਇਆ ਇੱਕੋ ਹੈ ਭਾਈ ਇੱਕੋ ਹੈ। ਦੂਜਾ ਭਾਉ ਕੀ ਹੈ ਪਰਮਾਤਮਾ ਦਾ ਪੱਲਾ ਛੱਡ ਕੇ ਮਾਇਆ ਵਾਲੇ ਪਾਸੇ ਜਾਣਾ। ਇਹਦਾ ਤਿਆਗ। ਸਤ ਸੰਤੋਖ ਵਜੈ ਤੋਇ ਤਾਲ। ਪਹਿਰੀ ਵਜਾ ਸੁਦਾ ਨਿਹਾਲ ਰਾਗ ਨਾਦ ਨਹੀਂ ਦੂਜਾ ਭਾਉ ਇਹ ਤਰੰਗ ਨੱਚੋ ਲਖ ਲਖ ਭਾਉ ਆਖਿਆ ਇਸ ਰੰਗ ਵਿੱਚ ਰੰਗੀਚ ਕੇ ਨੱਚੋ ਭਾਉ ਫੇਰੀ ਹੋਵੇ ਮਨ ਜੀਤ ਆਖਿਆ ਆਪਣੇ ਮਨ ਚਿਤ ਵਿੱਚ ਪਰਮਾਤਮਾ ਦਾ ਨਿਰਮਲ ਡਰ ਰੱਖੋ ਫੇਰੀ ਦਾ ਮਤਲਬ ਹੁੰਦਾ ਪੌਂਟਣੀ ਲੈਣਾ ਕਈ ਵਾਰੀ ਜਿਹੜੇ ਨੱਚਦੇ ਨੇ ਜਾਂ ਨੱਚਦੀਆਂ ਨੇ ਉਹ ਫਿਰ ਪੌਂਟਣੀ ਲੈਂਦੀਆਂ ਨੇ ਜਿਹੜਾ ਕੱਢਦੀਆਂ ਨੇ ਉਹਨੂੰ ਕਿਹੜਾ ਕੱਢਣਾ ਵੀ ਕਹਿੰਦੇ ਆਖਿਆ ਪਰਮਾਤਮਾ ਦੇ ਨਿਰਮਲ ਭਾਉ ਨੂੰ ਮਨ ਵਿੱਚ ਰੱਖਣਾ ਇਹ ਫੇਰੀ ਪੌਂਟਣੀ ਬਣਾਓ ਤੇ ਇਹ ਕੰਮ ਰੋਜ਼ ਕਰੋ ਤੇ ਬੈੰਦੇ ਆ ਉੱਠਦੇ ਆ ਨੀਤਾ ਨੀਤ ਏ ਨਹੀਂ ਕਿ ਗੁਰਦੁਆਰੇ ਬੈਠ ਕੇ ਤੇਜੀ ਰੱਬ ਹੈਗਾ ਤੇ ਬਾਹਰ ਜਾ ਕੇ ਝੂਠ ਬੋਲੋ ਨਹੀਂ ਬੰਦੇ ਆ ਉੱਠਦੇ ਆ ਨੀਤਾ ਨੀਤ ਨੀਤਾ ਪ੍ਰਤੀ ਬੰਦੇ ਆ ਉੱਠਦੇ ਆ ਹਰ ਕਾਰਜ ਕਰਦੇ ਆ ਉਸ ਪਰਮਾਤਮਾ ਦਾ ਭਉ ਰੱਖਣਾ ਕਰੋ ਲੇਟਣ ਲੇਟ ਜਾਣ ਤਨ ਸੁਹਾ ਕਈ ਬਰੀ ਨੱਚਣ ਵਾਲੇ ਨੱਚਦੇ ਨੱਚਦੇ ਤਰਤੀਤੇ ਲੇਟ ਜਾਂਦੇ ਨੇ ਇਹ ਵੀ ਕੋਈ ਡਾਂਸ ਦੀ ਕਿਰਿਆ ਹੋਵੇਗੀ ਪਰ ਮਹਾਰਾਜ ਕਹਿੰਦੇ ਨੇ ਤੁਹਾਡਾ ਸਾਡਾ ਲੇਟ ਕੇ ਨਾਚ ਕਰਨਾ ਹੈ ਕਿ ਸਰੀਰ ਨੂੰ ਸਵਾ ਸਮਝਣਾ ਨਾ ਸ਼ਵਨ ਸਮਝਣਾ ਇਹਦਾ ਕਦੇ ਵੀ ਅਪਮਾਨ ਨਹੀਂ ਕਰਨਾ ਲੇਟਣ ਲੇਟ ਜਾਣਾ ਤਨ ਨੂੰ ਸਵਾ ਇਹ ਤਰੰਗਾਂ ਨਾਚੋ ਰੱਖ ਰੱਖ ਪਾਓ ਇਸ ਰੰਗ ਵਿੱਚ ਰੰਗੀਤ ਕੇ ਨਚੋ ਤਰਤੀ ਤੇ ਕਦਮ ਤਾਲੋ ਜੀਵਨ ਦੇ ਰਾਹ ਤੇ ਤੁਰੋ ਪਰ ਇਸ ਤਰੀਕੇ ਨਾਲ ਤੁਰੋ ਸਿੱਖ ਸਭਾ ਦੀਖਿਆ ਕਾ ਭਾਉ ਸਿੱਖ ਸਭਾ ਜਿੱਥੋਂ ਕੁਝ ਸਿੱਖਣਾ ਹੋਵੇ ਜਿਹਨੂੰ ਅਸੀਂ ਸਤ ਸੰਗ ਕਹਿੰਦੇ ਆ ਸਾਧ ਸੰਗਤ ਕਹਿੰਦੇ ਆ ਉੱਥੇ ਵੀ ਜਾਓ ਤੇ ਦੀਖਿਆ ਕਾ ਭਾਉ ਸ਼ੁਭ ਸਿੱਖਿਆ ਲੈਣ ਦਾ ਪ੍ਰੇਮ ਹੋਣਾ ਚਾਹੀਦਾ ਕਈ ਬੰਦੇ ਤੇ ਜਾਂਦੇ ਨੇ ਗੁਰਦੁਆਰੇ ਉਹ ਸਿਰਫ ਕਮੀਆਂ ਦੇਖਣ ਜਾਂਦੇ ਨੇ ਕਥਾ ਸੁਣਦੇ ਨੇ ਕਮੀਆਂ ਲੱਭਦੇ ਨੇ ਨਹੀਂ ਨਹੀਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸੰਗਤ ਵਿੱਚ ਇਸ ਲਈ ਜਾਓ ਕਿ ਉੱਥੋਂ ਦਿਖਿਆ ਲੈਣੀ ਹੈ ਸਿੱਖਿਆ ਲੈਣੀ ਕੋਈ ਚੰਗੀ ਗੱਲ ਸਿੱਖਣੀ ਹੈ ਸਾਡੇ ਬਾਬੇ ਦਾ ਤੇ ਹੁਕਮ ਹੈ ਜਿੱਥੇ ਜਾਏ ਬਈ ਹੈ ਭਲਾਈ ਹੈ ਚੋਲ ਅੰਮ੍ਰਿਤ ਪੀਜੈ ਗੁਨਾ ਕਾ ਹੋਵੇ ਵਾ ਸੁਣਾ ਕਦਵਾਸ ਨਹੀਂ ਜੈ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਚਾ ਨਾਉ ਗੁਰੂ ਤੇ ਮੁਖਾਰ ਬਿੰਦੂ তথা ਗੁਰਮੁਖ ਬਣ ਕੇ ਸੁਣਨਾ ਹੈ ਕੀ ਸੁਣਨਾ ਸਚਾ ਨਾਉ ਸੁਣਨਾ ਤੇ ਫਿਰ ਪਾਤਸ਼ਾਹ ਕਹਿੰਦੇ ਨਾਨਕ ਆਖਣ ਵੇਲਾ ਵੇਰ ਵੇਲਾ ਵੇਰ ਦਾ ਮਤਲਬ ਹੈ ਬੁੜ ਮੁੜ ਕੇ ਉਸ ਸ਼ੁਭ ਉਪਦੇਸ਼ ਨੂੰ ਮੁੜ ਮੁੜ ਕੇ ਯਾਦ ਕਰਨਾ ਪੜ ਲੈਣਾ ਚਾਹੀਦਾ ਹੈ ਇਸੇ ਲਈ ਗੁਰਬਾਣੀ ਕਹਿੰਦੀ ਪਿਆਰਿਓ ਪਰਮਾਤਮਾ ਦੇ ਸਿਮਰਨ ਦਾ ਕੋਈ ਵਿਸ਼ੇਸ਼ ਸਮਾਂ ਨਹੀਂ ਗੁਰਮੁਖ ਤਾਂ ਉਠਤ ਬੈਠਤ ਸੋਬਤ ਤੇਾਈ ਹੈ ਇਹ ਤਾਂ ਬੈੰਧਿਆ ਉੱਠਦਿਆਂ ਨੀਤਾ ਨੀਤ ਕਰਨ ਵਾਲਾ ਕੰਮ ਹੈ ਪਉ ਪੈਰੀ ਹੋਵੇ ਮਨ ਚੀਤ ਬੈਂਦਿਆਂ ਉੜਦਿਆਂ ਨੀਤਾ ਨੀਤ ਲੇਟਣ ਲੇਟ ਜਾਣਾ ਤਨੁ ਸਵਾ ਇਤ ਰੰਗ ਨਾ ਚੋ ਰਖ ਰਖ ਪਾਉ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾ ਹੋ ਨਾਨਕ ਆਖਣ ਮੇਰਾ ਵੇਰ ਇਤ ਲੰਗਨਾ ਚੋ ਲੱਖ ਲੱਖ ਪੈਰ ਦੇਖੋ ਜੀਵਨ ਦੀ ਸਫਲਤਾ ਨਹੀਂ ਜੀਵਨ ਵਿੱਚ ਕੀ ਕੁਝ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਇਹ ਧੰਗੁਰੂ ਨਾਨਕ ਦੇਵ ਪਾਤਸ਼ਾਹ ਨੇ ਬੜੀ ਢੁੰਗਾਈ ਵੀ ਜਾ ਕੇ ਸਾਨੂੰ ਸਮਝਾਇਆ ਬਾਜਾ ਮਤ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਚਾਓ ਇਹ ਆ ਭਗਤ ਇਹੋ ਤਪ ਤਾਓ ਇਤਰੰਗ ਨਾਚੋ ਲਖਰਖ ਪਾਓ ਪੂਰੇ ਧਾਲ ਜਾਣੇ ਸਾਲਾ ਹੋਰ ਨਚਣਾ ਖੁਸ਼ੀਆਂ ਮਨਮਾ ਰਹਾਓ ਸਤ ਸੰਤੋਖ ਵਜੈ ਦੋਇ ਧਾਲ ਪੈਰੀ ਵਾਜਾ ਸਦਾ ਨਿਹਾਰ ਰਾਗ ਨਾਦ ਨਹੀਂ ਦੂਜਾ ਭਾਵ ਇਤਰੰਗ ਨਾਚੋ ਲਖਰਖ ਪਾਓ ਪਾਓ ਫੇਰੀ ਹੋਵੇ ਮਨਚੀਤ ਬੈਂਦਿਆਂ ਉੱਠਦਿਆਂ ਨੀਤਾ ਨੀਤ ਲੇਟਣ ਲੇਟ ਜਾਣੇ ਤਨ ਸੁਆ ਇਤ ਰੰਗ ਨਾਚੋ ਲੱਖ ਲੱਖ ਪੈ ਸਿੱਖ ਸਭਾ ਦੀਖਿਆ ਕਾ ਭਾਉ ਗੁਰਮੁਖ ਸੁਣਨਾ ਸਾਚਾ ਨਾਉ ਨਾਨਕ ਆਖਣ ਵੇਰਾ ਵੇਰ ਇਤ ਰੰਗ ਨਾਚੋ ਲੱਖ ਲੱਖ ਪੈਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ